ਵਧੀਆ ਸੀਗਾ, ਦੋਨੋਂ ਸਾਈਡ ਤੋਂ ਬੜੇ ਸਪੋਰਟਰ ਸੀਗੇ ਔਰ ਇੰਡੀਆ ਪਾਕਿਸਤਾਨ ਜਦੋਂ ਵੀ ਮੈਚ ਹੁੰਦਾ ਤੇ ਉਹ ਹਾਈ ਟੈਂਸ ਮੈਚ ਹੁੰਦਾ ਹੀ ਹੁੰਦਾ ਤੇ ਬੜਾ ਇੰਜੋਏ ਕੀਤਾ, ਬੜਾ ਅੱਛਾ ਮੈਚ ਹੋਇਆ। ਜਿਹੜਾ ਕੁਝ ਆਲੋਚਕਾਂ ਲੋ ਹੋ ਰਹੀਆਂ ਵੀ ਇੱਕ ਕੈਚ ਛੁੱਟਣ ਤੋਂ ਬਾਅਦ ਉਹਨੂੰ ਲੈ ਕੇ ਕੁਝ ਟ੍ਰੋਲਿੰਗ ਕੀਤਾ ਜਾ ਰਿਹਾ ਹੈ। ਉਹ ਗਾਣਾ ਹੈ ਨਾ ਕੁਝ ਤੋਂ ਲੋਕ ਕਹੇਗੇ ਲੋਕਾਂ ਦਾ ਕੰਮ ਹੈ ਕਹਿਣਾ, ਹੈ ਨਾ, ਜੇ ਜਗਤ ਰੀਤ ਜੇ ਰੀਤ ਜਗਤ ਕੀ ਐਸੀ ਹੈ ਹਰ ਏਕ ਸੁਬਾਹ ਕੀ ਸ਼ਾਮ ਹੋਈ, ਤੋ ਇਸ ਸੁਬਾਹ ਕੀ ਵੀ ਸ਼ਾਮ ਹੋ ਜਾਏਗੀ। ਜੋ ਕ੍ਰਿਟੀਸਾਈਜ਼ ਹੈ ਇਹ ਕੱਲ੍ਹ ਤੱਕ ਠੰਡੇ ਹੋ ਜਾਏਗੇ, ਸਾਰੇ ਸਹੀ ਹੋ ਜਾਏਗੇ, ਉਨਕਾ ਅਧਿਕਾਰ ਹੈ ਕ੍ਰਿਟੀਸਾਈਜ਼ ਕਰਨਾ। ਤੋ ਜਬ ਕੱਲ੍ਹ ਅੱਛਾ ਪਰਫੋਰਮ ਕਰੇਗੇ ਤਾਂ ਆਟੋਮੈਟਿਕਲੀ ਉਹ ਪੋਜ਼ਿਟਿਵਲੀ ਕਰਨਗੇ ਸਭ ਕਰਨਾ। ਜਿਵੇਂ ਜਿੱਤ ਦੇ ਟਾਈਮ ਮਾਹੌਲ ਹੁੰਦਾ ਹੈ, ਉਸ ਟਾਈਮ ਜਦੋਂ ਪਾਕਿਸਤਾਨੀ ਜਿੱਤੇ ਕੀ ਮਾਹੌਲ ਕੀ ਸੀ ਉੱਥੇ ਦਾ? ਮਾਹੌਲ ਫਿਰ ਉਹੀ ਹੈ ਜਦੋਂ ਮੈਚ ਟਵਿਸਟ ਹੋ ਰਿਹਾ ਤਾਂ, ਜਦੋਂ ਇੰਡੀਆ ਹੁੰਦਾ ਸੀ ਤਾਂ ਇੰਡੀਆ 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 ਜਿੱਤੇਗਾ, ਜਦੋਂ ਪਾਕਿਸਤਾਨ ਕਹਿੰਦਾ ਫਿਰ ਪਾਕਿਸਤਾਨ ਪਾਕਿਸਤਾਨ ਜਿੱਤੇਗਾ, ਬਸ ਇਹੀ ਮਾਹੌਲ ਥਾ। ਔਰ ਜਬ ਇੱਕ ਮੈਚ ਹੋਤਾ ਹੈ ਤਾਂ ਟੀਮ ਤੋਂ ਇੱਕ ਹੀ ਜਿੱਤੇਗੀ, ਤੋ ਦੇ ਪਲੇਡ ਬੈਟਰ ਐਂਡ ਦੇ ਵਨ ਦਾ ਮੈਚ। ਜਿਹੜੇ ਲੋਕ ਟ੍ਰੋਲ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਨਹੀਂ, ਟ੍ਰੋਲ ਕਰਨ ਵਾਲੇ ਫੈਨਸ ਹੈ ਔਰ ਫੈਨਸ ਵਾਲਿਆਂ ਨੂੰ ਅਧਿਕਾਰ ਹੈ, ਕੋਈ ਗੱਲ ਨਹੀਂ ਅਗਰ ਕਰਦੇ ਆ ਤਾਂ। ਬਾਕੀ ਇਹ ਹੈ ਕਿ ਥੋੜ੍ਹਾ ਪੇਸ਼ੈਂਸ ਰੱਖਣ ਔਰ ਅਜੇ ਏਸ਼ੀਆ ਕੱਪ ਬਹੁਤ ਬਚਿਆ ਹੈ ਔਰ ਸਾਨੂੰ ਪੂਰੀ ਉਮੀਦ ਹੈ ਪਰਮਾਤਮਾ 'ਤੇ ਕਿ ਸਾਡੀ ਇੰਡੀਆ ਟੀਮ ਜਿਹੜੀ ਹੈ ਉਹ ਏਸ਼ੀਆ ਕੱਪ ਜਿੱਤ ਕੇ ਆਏਗੀ। ਸਾਨੂੰ ਇਹ ਪੇਸ਼ੈਂਸ ਰੱਖਣ, ਸਭ ਠੀਕ ਹੋਏਗਾ। ਅਸੀਂ ਤੁਹਾਡੇ ਨੇਬਰਸ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਇਹ ਤਾਂ ਸ਼ੋਰ ਹੈ, ਸਾਤੋਂ ਲਿਖ ਕੇ ਲੈ ਲਓ, ਭਾਵੇਂ ਵੀ ਇਹ ਤਾਂ ਫਾਈਨਲ ਜਿਤਾ ਕੇ ਲਿਆਊਗਾ। ਹਾਂ, ਨਹੀਂ ਨਹੀਂ ਸਾਨੂੰ ਉਮੀਦ ਹੈ ਪਰਮਾਤਮਾ 'ਤੇ ਔਰ ਸਾਰੇ ਦੇਸ਼ ਵਾਸੀਆਂ ਦੀ ਸਪੋਰਟ ਹੈ, ਉਹ ਸਾਨੂੰ ਪਤਾ ਲੱਗ ਗਿਆ ਕਿ ਸਾਰੇ ਦੇਸ਼ ਵਾਸੀ ਸਾਡੇ ਨਾਲ। ਕੁਛ ਜਿਹੜੇ ਫੈਨਸ ਹੈ ਜਿਹੜੇ ਇਮੋਸ਼ਨਲ ਹੋ ਕੇ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਜਿਹੜਾ ਉਹ ਉਹਨੂੰ ਡਾਈਜੈਸਟ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹਾਰ ਨੂੰ, ਤਾਂ ਉਹੀ ਕਾਰਨ ਹੈ। ਅਦਰਵਾਈਜ਼ ਸਾਰੇ ਜਿਹੜੇ ਫੈਨਸ ਹੈ ਉਹ ਪੂਰੇ ਇੰਡੀਆ ਦੀ ਟੀਮ ਦੇ ਨਾਲ, ਅਰਸ਼ ਦੇ ਨਾਲ ਨੇ। ਮੈਡਮ, ਜਦੋਂ ਮੈਚ ਚੱਲ ਰਿਹਾ ਸੀ ਤੁਸੀਂ ਵੀ ਉੱਥੇ ਸੀ, ਬੇਟਾ ਖੇਡ ਰਿਹਾ ਸੀ, ਕੀ ਮਹਿਸੂਸ ਹੋ ਰਿਹਾ ਸੀ? ਮਤਲਬ ਬਹੁਤ ਵਧੀਆ ਫੀਲ ਹੋ ਰਿਹਾ ਸੀ ਕਿ ਹਾਂ ਬੇਟਾ ਖੇਡ ਰਿਹਾ, ਸਾਹਮਣੇ ਦੇਖ ਰਹੇ ਸੀ, ਪਹਿਲਾਂ ਟੀਵੀ 'ਤੇ ਦੇਖਦੇ ਸੀ, ਹੁਣ ਗਰਾਊਂਡ 'ਚ ਜਾ ਕੇ ਦੇਖਣ ਡੇ ਸੀ, ਅਤੇ ਵਧੀਆ ਚੱਲ ਰਿਹਾ ਸੀ ਮੈਚ, ਲੱਗ ਰਿਹਾ ਸੀ ਕਿ ਆਪਾਂ ਜਿੱਤ ਜਾਵਾਂਗੇ। ਪਰ ਚਲੋ, ਛੋਟੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਨੇ, ਇੱਕ ਕੋ ਨਹੀਂ ਹੁੰਦੀਆਂ, ਸਾਰਿਆਂ ਕੋਲ ਹੋ ਜਾਂਦੀਆਂ। ਜ਼ਰੂਰੀ ਨਹੀਂ ਕਿ ਅਰਸ਼ ਕੋਲੋਂ ਗਲਤੀ ਹੋ ਗਈ ਜਾਂ ਹੋਰ ਕਿਸੇ ਤੋਂ ਨਹੀਂ ਹੋਏਗੀ, ਗਲਤੀ ਇਨਸਾਨ ਗਲਤੀਆਂ ਦਾ ਪੁਤਲਾ ਹੈ, ਕਦੀ ਵੀ ਹੋ ਸਕਦੀ। ਇੱਕੋ ਮੈਚ ਦੇਖਣ ਗਏ ਸੀ ਕਿ ਹਲੇ ਬਾਕੀ ਜਿਵੇਂ ਮੈਚ ਹੋਣੇ ਆ? ਨਹੀਂ, ਤਿੰਨ ਮੈਚ ਵੇਖੇ ਅਸੀਂ ਉੱਥੇ। ਨਹੀਂ, ਜਿਵੇਂ ਅੱਜ ਵਾਪਸ ਆ ਗਏ, ਹਾਂਜੀ ਦੁਬਾਰਾ ਜਾਓਗੇ? ਹਾਂ, ਫਾਈਨਲ ਦੇਖਣ ਜਾਵਾਂਗੇ ਫਿਰ ਦੁਬਾਰਾ। ਲੱਗਦਾ ਵੀ ਫਾਈਨਲ ਜਿਹੜਾ ਇੰਡੀਆ ਪਾਕਿਸਤਾਨ, ਫਾਈਨਲ ਜਿੱਤ ਕੇ ਆਵਾਂਗੇ ਜੀ, ਜਿੱਤ ਕੇ ਆਵਾਂਗੇ। ਅਰਸ਼ਦੀਪ ਨੂੰ ਦਿੱਤਾ ਹੌਸਲਾ ਰਾਤ? ਅਰਸ਼ਦੀਪ ਨੂੰ ਕੋਲ ਬਹੁਤ ਹੌਸਲਾ ਹੈ, ਹੌਸਲਾ ਬੁਲੰਦ ਹੈ, ਬੜਾ ਬੁਲੰਦ ਉਹਦਾ, ਬਹੁਤ ਸਟਰੋਂਗ ਹੈ ਉਹ, ਜਲਦੀ ਡੋਲਦਾ ਨਹੀਂ ਉਹ, ਤੇ ਉਹਨੂੰ ਹੌਸਲਾ ਦਿੱਤਾ ਵੀ ਤੂੰ ਤਗੜਾ ਹੋ ਕੇ ਮਿਹਨਤ ਕਰ, ਅਗਰ ਕੋਈ ਕਮੈਂਟ ਆਏ ਤਾਂ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ, ਆਪਣੀ ਗੇਮ ਵੱਲ ਧਿਆਨ ਦਿਓ ਔਰ ਆਪਣੀ ਟੀਮ ਦੇ ਨਾਲ ਜੁੜ ਕੇ ਰਹੋ ਬਸ। ਜਿਵੇਂ ਅੱਜ ਸਾਰਾ ਦੇਸ਼ ਜਿਹੜਾ ਉਹ ਟਵੀਟ ਕਰਕੇ ਹਰਸ਼ਦੀਪ ਨੂੰ ਕਹਿ ਰਿਹਾ ਵੀ ਨਹੀਂ, ਅਸੀਂ ਤੇਰੇ ਨਾਲ ਹੈ, ਲੱਗਦਾ ਵੀ ਉਹਦੇ ਨਾਲ ਹੋਰ ਬਲ ਮਿਲੂ? ਬਿਲਕੁਲ ਮਿਲੇਗਾ ਉਹਨੂੰ, ਕਿ ਉਹਦਾ ਹੌਸਲਾ ਹੋਰ ਬੁਲੰਦ ਹੋਏਗਾ ਕਿ ਮੇਰੇ ਸਪੋਰਟਰ ਦੇਖੋ ਕਿੰਨੇ ਜ਼ਿਆਦਾ ਮੈਨੂੰ ਸਪੋਰਟ ਕਰ ਰਹੇ, ਅਗਰ ਕਿਸੇ ਨੇ ਗਲਤ ਕਮੈਂਟ ਕੀਤਾ ਤਾਂ ਮੇਰੇ ਨਾਲ ਸਾਰਾ ਦੇਸ਼ ਖੜਾ ਹੋ ਗਿਆ ਆਣ ਕੇ, ਅਤੇ ਉਹ ਵਧੀਆ ਕਰੇਗਾ, ਬਹੁਤ ਵਧੀਆ ਦੇਵੇਗਾ ਅੱਗੋਂ, ਹੋਰ ਅਗਲੇ ਮੈਚਾਂ ਦੇ ਵਿੱਚ ਆਪਾਂ ਕੱਪ ਜਿੱਤ ਕੇ ਆਵਾਂਗੇ।